ਸਾਸਵਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਹਾਂ ਸੰਜੀਵ ਯਸ਼ ਖੰਨਾ ਖਬਰਾਂ ਦੇ ਬੁਲੇਟਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਬੁਲੇਟਨ ਦੇ ਸਪான்ਸਰਸ ਨੇ ਰੀਮੈਕਸ ਦੇ ਰੀਅਲਟਰ ਗੁਰ ਜਤਿੰਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਲਈ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਫੋਨ ਨੰਬਰ 9163209444 ਪੇਸ਼ ਨੇ ਚੌਣਵੀਆਂ ਖਬਰਾਂ 트럼ਪ ਦੀ ਕੰਪਨੀ ਟੈਕਸ ਚੋਰੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਕੋਰਟ ਨੇ ਲਗਾਇਆ 13000 ਕਰੋੜ ਦਾ ਜੁਰਮਾਨਾ ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਕੈਬਨਿਟ ਵਿੱਚ ਪੰਜਾਬੀਆਂ ਦੀ ਬੱਲੇ ਬੱਲੇ ਇਹਨਾਂ ਚਿਹਰਿਆਂ ਨੂੰ ਮਿਲੀ ਜਗ੍ਹਾ ਕੋਵਿਡ ਦੌਰਾਨ ਤਾਲਾਬੰਦੀ ਕਾਰਨ ਪ੍ਰਵਾਸੀ ਆਰਥਿਕ ਪੱਖੋਂ ਹੋਏ ਪ੍ਰਭਾਵਿਤ ਧਾਰਮਿਕ ਆਜ਼ਾਦੀ ਕਾਇਮ ਰੱਖਣ ਲਈ ਭਾਰਤ ਨੂੰ ਉਤਸ਼ਾਹਿਤ ਕਰਦੇ ਰਹਾਂਗੇ ਅਮਰੀਕਾ ਆਸਟ੍ਰੇਲੀਆ ਅਮਰੀਕਾ ਨੇ ਇੰਡੋ-ਪੈਸੀਫਿਕ ਖੇਤਰ ਵਿੱਚ ਸਹਿਯੋਗ ਵਿਦਾਉਣ ਦਾ ਲਿਆ ਅਹਿਦ ਜੈਲਨ ਸੰਘ ਕੀ ਬਣੇ ਟਾਈਮ ਪਰਸਨ ਆਫ ਦਿ ਈਅਰ ਹੋਣ ਖਬਰਾਂ ਵਿਸਥਾਰ ਦੇ ਵਿੱਚ ਡੋਨਲਡ 트ੰਪ ਨੂੰ ਅਰਬਾ ਕਮਾ ਕੇ ਦੇਣ ਵਾਲੀ ਉਹਨਾਂ ਦੀ ਖਾਨਦਾਨੀ ਰੀਅਲ ਅਸਟੇਟ ਕੰਪਨੀ ਦੀ 트ੰਪ ਆਰਗੇਨਾਈਜੇਸ਼ਨ ਨੂੰ ਟੈਕਸ ਫਰਾਡ ਸਾਨੇ ਕਈ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਇੱਕ ਮਹੀਨੇ ਤੱਕ ਚੱਲੀ ਸੁਣਵਾਈ ਵਿੱਚ ਕੋਰਟ ਨੇ 트ੰਪ ਦੀ ਕੰਪਨੀ ਨੂੰ 17 ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਦੀ 트럼ਪ ਆਰਗੇਨਾਈਜੇਸ਼ਨ ਤੇ ਲੱਗੇ ਟੈਕਸ ਚੋਰੀ ਸਣੇ ਕਈ ਦੋਸ਼ਾਂ ਨੂੰ ਸਹੀ ਪਾਇਆ ਕੋਰਟ ਨੇ ਆਪਣੀ ਜਜਮੈਂਟ ਵਿੱਚ ਦੱਸਿਆ ਕਿ ਕੰਪਨੀ ਨੇ ਕਈ ਅਧਿਕਾਰੀਆਂ ਨੂੰ ਮਿਲੇ ਲਕਜ਼ਰੀ ਅਪਾਰਟਮੈਂਟ ਮਰਸੀਡੀਜ਼ ਬੈਂਸ ਤੇ 크리스마ਸ ਲਈ অর্ਕੈਸਟਰਾ ਕੈਸ਼ ਦਾ ਟੈਕਸ ਚੋਰੀ ਕਰਵਾਉਣ ਵਿੱਚ ਮਦਦ ਕੀਤੀ ਹੈ 트럼ਪ ਦੀ ਕੰਪਨੀ ਨੂੰ ਬਿਜ਼ਨਸ ਫਰਾਡ ਦਾ ਵੀ ਦੋਸ਼ੀ ਮੰਨਿਆ ਗਿਆ ਜਿਸ ਲਈ ਉਸਤੇ 13000 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਦੀ 트럼ਪ ਆਰਗੇਨਾਈਜੇਸ਼ਨ ਨੂੰ ਸਾਰੇ 17 ਮਾਮਲੇਾਂ ਵਿੱਚ ਦੋਸ਼ੀ ਠਹਿਰਾਉਣ ਦੇ ਬਾਅਦ ਮਨ ਹਟਨ ਦੇ ਐਟਾਰਨੀ ਨੇ ਮੀਡੀਆ ਨਾਲ ਗੱਲਬਾਤ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਹ ਕੇਸ ਝੂਠ ਬੋਲਣ ਧੋਖਾ ਦੇਣ ਤੇ ਕਈ ਲੋਕਾਂ ਅਤੇ ਕੰਪਨੀਆਂ ਨੂੰ ਟੈਕਸ ਚੋਰੀ ਕਰਨ ਵਿੱਚ ਮਦਦ ਕਰਵਾਉਣ ਬਾਰੇ ਸੀ ਇਸ ਜੱਜਮੈਂਟ ਦੀ ਆਲੋਚਨਾ ਕਰਦੇ ਹੋਏ 트럼ਪ ਦੀ ਕੰਪਨੀ ਵੱਲੋਂ ਬਿਆਨ ਜਾਰੀ ਕੀਤਾ ਗਿਆ ਕੰਪਨੀ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਮੁਲਾਜ਼ਮ ਨੇ ਇਹ ਸਾਰਾ ਕੰਮ ਆਪਣੇ ਪਰਸਨਲ ਫਾਇਦੇ ਲਈ ਕੀਤੇ ਅਜਿਹੇ ਵਿੱਚ ਕੰਪਨੀ ਨੂੰ ਹੀ ਗੁਨਾਹਗਾਰ ਠਹਿਰਾਉਣਾ ਗਲਤ ਹੈ ਕੰਪਨੀ ਦੀ ਸੁਣਵਾਈ ਦੇ ਨਤੀਜਿਆਂ ਨੂੰ 트ੰਪ ਤੋਂ ਦੂਰ ਰੱਖਣ ਦੀ ਉਹਨਾਂ ਦੇ ਵਕੀਲ ਨੇ ਪੂਰੀ ਕੋਸ਼ਿਸ਼ ਕੀਤੀ ਉਹਨਾਂ ਕਿਹਾ ਕਿ ਸਾਰੇ ਗਵਾਹਾਂ ਨੇ ਵਾਰ-ਵਾਰ ਦੁਹਰਾਇਆ ਕਿ 트ੰਪ ਤੇ ਉਹਨਾਂ ਦੇ ਪਰਿਵਾਰ ਨੂੰ ਇਨ੍ਹਾਂ ਅਪਰਾਧਾਂ ਦੀ ਕੋਈ ਜਾਣਕਾਰੀ ਨਹੀਂ ਸੀ ਉਹਨਾਂ ਨੇ ਸੁਣਵਾਈ ਕਰ ਰਹੀ ਜਿਊਰੀ ਨੂੰ ਵੀ ਕਿਹਾ ਕਿ ਇਹ ਮੁਕੱਦਮਾ 트ੰਪ ਤੇ ਕੋਈ ਰੈਫਰੈਂਡਮ ਨਹੀਂ ਹਨ ਇਸ ਲਈ ਇਸ ਮਾਮਲੇ ਨੂੰ ਖੁੱਲੇ ਦਿਮਾਗ ਨਾਲ ਦੇਖਣਾ ਚਾਹੀਦਾ ਹੈ ਹਾਲਾਂਕਿ ਕੋਰਟ ਵਿੱਚ ਅਜਿਹੇ ਡਾਕੂਮੈਂਟਸ ਵੀ ਪੇਸ਼ ਕੀਤੇ ਗਏ ਜਿਸ ਵਿੱਚ ਅਧਿਕਾਰੀਆਂ ਨੂੰ ਗਿਫਟ ਕੀਤੇ ਗਏ ਅਪਾਰਟਮੈਂਟ ਦੇ ਪੇਪਰ ਤੇ ਡਰੰਪ ਦੇ ਸਾਈਨਸ ਹਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਬੁੱਧਵਾਰ ਨੂੰ ਆਪਣੀ ਬਦਲੀ ਹੋਈ ਕੈਬਨਿਟ ਵਿੱਚ ਨਵੇਂ ਅਤੇ ਪੁਰਾਣੇ ਚਿਹਰਿਆਂ ਨੂੰ ਨਿਯੁਕਤ ਕੀਤਾ ਨਵੀਂ ਕੈਬਨਿਟ 23 ਮੰਤਰੀਆਂ ਅਤੇ 4 ਰਾਜ ਮੰਤਰੀਆਂ ਦੀ ਬਣੀ ਹੋਈ ਹੈ ਇਸ ਵਿਜਾਰਤ ਵਿੱਚ ਪੰਜਾਬੀ ਪਾਰਟੀ ਮੂਲ ਦੇ 5 ਐਮਐਲਏਜ਼ ਨੂੰ ਥਾਂ ਮਿਲੀ ਹੈ ਪ੍ਰੀਮੀਅਰ ਨੇ ਆਪਣੀ ਅਗਵਾਈ ਵਾਲੀ ਮੁਹਿੰਮ ਦੇ ਸਹਿ ਪਰਦਾਨ ਰਵੀ ਕਾਲੋ ਨੂੰ ਹਾਊਸਿੰਗ ਅਤੇ ਗਵਰਨਮੈਂਟ ਹਾਊਸ ਲੀਡਰ ਬਣਾਇਆ ਇਸੇ ਤਰ੍ਹਾਂ ਰਚਨਾ ਸਿੰਘ ਨੂੰ ਐਜੂਕੇਸ਼ਨ ਐਂਡ ਚਾਈਲਡ ਕੇਅਰ ਹੈਰੀ ਬੈਂਸ ਨੂੰ ਲੇਬਰ ਮੰਤਰੀ ਅਤੇ ਜਗਰੂਪ ਬਰਾੜ ਨੂੰ ਟ੍ਰੇਡ ਰਾਜ ਮੰਤਰੀ ਅਤੇ ਨਿਕੇਸ਼ ਸ਼ਰਮਾ ਨੂੰ ਐਟਾਰਨੀ ਜਨਰਲ ਨਿਯੁਕਤ ਕੀਤਾ ਰਵੀ ਕਾਲੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਬ੍ਰਿਟਿਸ਼ ਕੋਲੰਬੀਆ ਦੇ ਹਾਊਸਿੰਗ ਮੰਤਰੀ ਅਤੇ ਸਰਕਾਰੀ ਹਾਊਸ ਲੀਡਰ ਵੱਜੋ ਨਾਮਿਤ ਹੋਣ ਸਨਮਾਨ ਦੀ ਗੱਲ ਹੈ ਪ੍ਰੀਮੀਅਰ ਡੇਵਿਡ ਐਬੀ ਨੇ ਹਾਊਸਿੰਗ ਨੂੰ ਆਪਣੀ ਪਹਿਲੀ ਤਰਜੀਹ ਬਣਾਇਆ ਮੈਂ ਬੀਸੀ ਦੇ ਲੋਕਾਂ ਲਈ ਕੰਮ ਕਰਨ ਲਈ ਤਿਆਰ ਹਾਂ ਉੱਥੇ ਹੀ ਹੈਰੀ ਬੈਂਸ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਅੱਜ ਸਵੇਰੇ ਇੱਕ ਵਾਰ ਫਿਰ ਲੇਬਰ ਮੰਤਰੀ ਵੱਜੋ ਸੌ ਚੁੱਕਣ ਲਈ ਮੈਂ ਬਹੁਤ ਧੰਨਵਾਦੀ ਹਾਂ ਅਸੀਂ BC ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਨੇ ਜਿਵੇਂ ਕਿ ਪੇਡ ਸਿਕ ਲੀਵ ਕਟੋ ਕਟ ਉਜਰਤ ਵਿੱਚ ਵਾਧਾ ਕਰਨਾ ਆਪਣੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਵਾਪਸ ਭੇਜਣਾ ਆਦਿ ਅਸੀਂ ਅਜੇ ਵੀ ਬਹੁਤ ਕੁਝ ਕਰਨਾ ਹੈ ਉਹਨਾਂ ਅੱਗੇ ਲਿਖਿਆ ਮੈਂ BC ਦੇ ਕਾਰਜ ਸਾਧਨਾਂ ਨੂੰ ਦੇਸ਼ ਵਿੱਚ ਸਭ ਤੋਂ ਸੁਰੱਖਿਅਤ ਬਣਾਉਣ ਦੇ ਰੋਹ ਤੇ ਤੁਹਾਡੇ ਸਾਰਿਆਂ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕਰਦਾ ਡੇਵਿਡ ਏਬੀ ਤੁਹਾਡਾ ਧੰਨਵਾਦੀ ਤੁਸੀਂ ਇਸ ਪੋਰਟਫੋਲੀਓ ਲਈ ਮੇਰੇ ਤੇ ਪਰੋਸਾ ਕੀਤਾ ਜਗਰੂਪ ਬਰਾੜ ਨੇ ਲਿਖਿਆ ਮੈਂ ਵਪਾਰ ਰਾਜ ਮੰਤਰੀ ਵਜੋਂ ਨਿਯੁਕਤ ਕੀਤੇ ਜਾਣ ਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਪ੍ਰੀਮੀਅਰ ਡੇਵਿਡ ਐਬੀ ਮੇਰੇ ਅਤੇ ਮੇਰੇ ਕੈਬਨਿਟ ਸਾਥੀਆਂ ਦੇ ਪਰੋਸਾ ਰੱਖਣ ਲਈ ਤੁਹਾਡਾ ਧੰਨਵਾਦ ਮੈਂ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਕੰਮ ਕਰਨ ਲਈ ਉਤਸ਼ਾਹਿਤ ਹਾਂ ਕੈਨੇਡਾ ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ ਬਚਾਅ ਲਈ ਲਗਾਈ ਗਈ ਆਰਥਿਕ ਤਾਲਾਬੰਦੀ ਨੇ ਪਰਵਾਸੀ ਆਬਾਦੀ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਅਤੇ ਕੈਨੇਡੀਅਨ ਮੂਲ ਦੀ ਆਬਾਦੀ ਨਾਲੋਂ ਉਹਨਾਂ ਦੇ ਵਿੱਤ ਵਿੱਚ ਕਮੀ ਆਈ ਇੱਕ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ 8.3 ਮਿਲੀਅਨ ਤੋਂ ਵੱਧ ਲੋਕਾਂ ਜਾਂ ਆਬਾਦੀ ਦਾ ਲਗਭਗ 1/4 2021 ਵਿੱਚ ਕੈਨੇਡਾ ਵਿੱਚ ਇਮੀਗ੍ਰੈਂਟ ਜਾਂ ਸਥਾਈ ਨਿਵਾਸੀ ਸੰ 2016 ਤੋਂ 2021 ਤੱਕ ਪ੍ਰਵਾਸੀਆਂ ਨੇ ਕੈਨੇਡਾ ਵਿੱਚ ਕਿਰਤ ਸ਼ਕਤੀ ਦੇ ਵਾਧੇ ਵਿੱਚ 4/5ਵੇਂ ਹਿੱਸੇ ਦਾ ਯੋਗਦਾਨ ਪਾਇਆ ਪਰ ਜਦੋਂ ਪਹਿਲੀ ਵਾਰ ਮਹਾਮਾਰੀ ਆਈ ਤਾਲਾਬੰਦੀ ਕਾਰਨ ਹਾਲ ਹੀ ਦੇ ਪ੍ਰਵਾਸੀਆਂ ਦੇ ਆਪਣੇ ਕੈਨੇਡੀਅਨ ਮੂਲ ਦੇ ਹਮ ਰਤਬਾ ਨਾਲੋਂ ਰੋਜ਼ਗਾਰ ਤੋਂ ਬਾਹਰ ਜਾਣ ਦੀ ਸੰਭਾਵਨਾ ਵੱਧ ਸੀ। ਅਮਰੀਕਾ ਨੇ ਅੱਜ ਕਿਹਾ ਕਿ ਭਾਰਤ ਕਈ ਧਰਮਾਂ ਦੇ ਲੋਕਾਂ ਦਾ ਘਰ ਹੈ ਤੇ ਉਹ ਸਾਰਿਆਂ ਦੀ ਧਾਰਮਿਕ ਆਜ਼ਾਦੀ ਯਕੀਨੀ ਬਣਾਉਣ ਦੀ ਵਚਨਬੱਧਤਾ ਉੱਤੇ ਕਾਇਮ ਰਹਿਣ ਲਈ ਭਾਰਤ ਨੂੰ ਉਤਸ਼ਾਹਿਤ ਕਰਦੇ ਰਹਿਣਗੇ। ਆਲਮੀ ਧਾਰਮਿਕ ਆਜ਼ਾਦੀ ਬਾਰੇ ਵਿਦੇਸ਼ ਵਿਭਾਗ ਦੀ ਸਾਲਾਨਾ ਰਿਪੋਰਟ ਵਿੱਚ ਸਾਹਮਣੇ ਆਈਆਂ ਕੁਝ ਚਿੰਤਾਵਾਂ ਦਾ ਜ਼ਿਕਰ ਕਰਦਿਆਂ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਉਹ ਸਾਰੇ ਦੇਸ਼ਾਂ ਵਿੱਚ ਧਾਰਮਿਕ ਆਜ਼ਾਦੀ ਦੀ ਸਥਿਤੀ ਉੱਤੇ ਕਰੀਬ ਤੋਂ ਨਜ਼ਰ ਰੱਖਣਾ ਜਾਰੀ ਰੱਖਣਗੇ ਤੇ ਇਸ ਵਿੱਚ ਭਾਰਤ ਵੀ ਸ਼ਾਮਿਲ ਹੈ ਅਮਰੀਕਾ ਨੇ ਧਾਰਮਿਕ ਆਜ਼ਾਦੀ ਦੀ ਵਰਤਮਾਨ ਸਥਿਤੀ ਲਈ ਚੀਨ ਪਾਕਿਸਤਾਨ ਤੇ ਮਿਆਮਾਰਸਾ ਨੇ 12 ਦੇਸ਼ਾਂ ਨੂੰ ਵਿਸ਼ੇਸ਼ ਚਿੰਤਾ ਵਾਲੇ ਦੇਸ਼ ਐਲਾਨਿਆ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲੈਂਕਨ ਨੇ ਸ਼ੁੱਕਰਵਾਰ ਇਸ ਬਾਰੇ ਐਲਾਨ ਕਰਦਿਆਂ ਕਿਹਾ ਸੀ ਕਿ ਦੁਨੀਆ ਭਰ ਵਿੱਚ ਸਰਕਾਰਾਂ ਤੇ ਗੈਰ ਸਰਕਾਰੀ ਤਾਕਤਾਂ ਲੋਕਾਂ ਨੂੰ ਉਹਨਾਂ ਦੇ ਧਰਮ ਦੇ ਆਧਾਰ ਉੱਤੇ ਪਰੇਸ਼ਾਨ ਕਰਦੀਆਂ ਨੇ, ਧਮਕੀਆਂ ਦੇਂਦੀਆਂ ਨੇ ਤੇ ਜੇਲ੍ਹ ਭੇਜਦੀਆਂ ਨੇ ਤੇ ਇੱਥੋਂ ਤੱਕ ਕਿ ਕਈ ਵਾਰ ਉਹਨਾਂ ਦੀ ਹੱਤਿਆ ਵੀ ਕੀਤੀ ਜਾਂਦੀ ਹੈ। ਭਾਰਤ ਨੂੰ ਇਸ ਸੂਚੀ ਵਿੱਚ ਸ਼ਾਮਲ ਨਾ ਕਰਨ ਦੇ ਸਵਾਲ ਉੱਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੈਟ ਪ੍ਰਾਈਸ ਨੇ ਕਿਹਾ ਕਿ ਭਾਰਤ ਦੁਨੀਆ ਦਾ ਵੱਡਾ ਲੋਕਤੰਤਰ ਹੈ ਤੇ ਕਈ ਧਰਮਾਂ ਦੇ ਲੋਕਾਂ ਦਾ ਘਰ ਹੈ। ਇੱਥੇ ਕਈ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਨੇ ਉਹਨਾਂ ਕਿਹਾ ਕਿ ਆਲਮੀ ਧਾਰਮਿਕ ਆਜ਼ਾਦੀ ਉਤੇ ਸਾਲਾਨਾ ਰਿਪੋਰਟ ਵਿੱਚ ਸਾਹਮਣੇ ਆਈਆਂ ਕੁਝ ਚਿੰਤਾਵਾਂ ਉਤੇ ਉਹਨਾਂ ਭਾਰਤ ਦੇ ਸੰਦਰਭ ਵਿੱਚ ਵੀ ਨੋਟਿਸ ਲਿਆ ਸਾਰੇ ਦੇਸ਼ਾਂ ਵਿੱਚ ਧਾਰਮਿਕ ਆਜ਼ਾਦੀ ਦੀ ਸਥਿਤੀ ਉਤੇ ਘਰੀਬ ਤੋਂ ਨਜ਼ਰ ਰੱਖੀ ਜਾਵੇਗੀ ਤੇ ਇਸ ਵਿੱਚ ਭਾਰਤ ਵੀ ਸ਼ਾਮਲ ਹੈ ਉਹਨਾਂ ਕਿਹਾ ਕਿ ਬਾਈਡਨ ਪ੍ਰਸ਼ਾਸਨ ਭਾਰਤ ਸਰਕਾਰ ਨੂੰ ਸਾਰਿਆਂ ਦੀ ਧਾਰਮਿਕ ਆਜ਼ਾਦੀ ਯਕੀਨੀ ਬਣਾਉਣ ਦੀ ਉਸ ਦੀ ਵਚਨਬੱਧਤਾ ਉਤੇ ਕਾਇਮ ਰਹਿ ਲਈ ਉਤਸ਼ਾਹਿਤ ਕਰਦਾ ਰਹੇਗਾ ਉਹਨਾਂ ਕਿਹਾ ਦੁਨੀਆ ਦੇ ਦੋ ਸੱਭ ਤੋਂ ਵੱਡੇ ਲੋਕਤੰਤਰ ਅਮਰੀਕਾ ਤੇ ਭਾਰਤ ਦੇ ਤੌਰ ਤੇ ਉੱਤੇ ਅਸੀਂ ਧਾਰਮਿਕ ਆਜ਼ਾਦੀ ਉੱਤੇ ਇੱਕ ਠੋਸ ਯੋਜਨਾ ਲਈ ਵਚਨਬੱਧ ਦਾ ਸੰਯੋਗ ਹੈ ਕਿ ਭਾਰਤ ਨੇ ਇਸ ਤੋਂ ਪਹਿਲਾਂ ਵਿਦੇਸ਼ੀ ਸਰਕਾਰਾਂ ਤੇ ਮਨੁੱਖੀ ਹੱਕ ਸੰਗਠਨਾਵਾਂ ਵੱਲੋਂ ਦੇਸ਼ ਵਿੱਚ ਨਾਗਰਿਕ ਆਜ਼ਾਦੀ ਹੌਲੀ-ਹੌਲੀ ਕੱਟ ਹੋਣ ਦੇ ਲਾਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ ਆਸਟ੍ਰੇਲੀਆ ਅਤੇ ਸੰਯੁਕਤ ਰਾਜ ਅਮਰੀਕਾ ਨੇ ਇੱਕ ਆਜ਼ਾਦ ਅਤੇ ਖੁੱਲੇ ਇੰਡੋ-ਪੈਸੀਫਿਕ ਖੇਤਰ ਨੂੰ ਕਾਇਮ ਰੱਖਣ ਲਈ ਸਹਿਯੋਗ ਵਧਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਇਹ ਵਚਨਬੱਧਤਾ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਅਤੇ ਰੱਖਿਆ ਸਕੱਤਰ ਲੌਇਡ ਆਸਟਿਨ ਨੇ 6 ਦਸੰਬਰ ਨੂੰ ਵਾਸ਼ਿੰਗਟਨ ਵਿੱਚ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਰੱਖਿਆ ਮੰਤਰੀ ਰਿਚਰਡ ਮਾਰਲੇਸ ਦੀ ਮੇਜ਼ਬਾਨੀ ਦੇ ਤੌਰ ਤੇ ਕੀਤੀ ਤਾਂ ਜੋ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਸਾਂਝਾ ਯੋਗ ਨੂੰ ਅੱਗੇ ਵਧਾਇਆ ਜਾ ਸਕੇ। ਦੋ ਆਂ ਦੇਸ਼ਾਂ ਨੇ ਬੱਤੀ ਵਿੱਚ ਸਲਾਨਾ ਆਸਟ੍ਰੇਲੀਆ ਸੰਯੁਕਤ ਰਾਜ ਮੰਤਰੀ ਪਧਰੀ ਸਲਾ مشورے ਦੇ ਮੌਕੇ ਤੇ ਇੱਕ ਬਿਆਨ ਵੀ ਜਾਰੀ ਕੀਤਾ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਤਬਾਹੀ ਅਤੇ ਜ਼ਬਰਦਸਤੀ ਦਾ ਟਕਰਾ ਕਰਨ ਲਈ ਇੰਡੋ ਪੈਸੀਫਿਕ ਦੇਸ਼ਾਂ ਨੂੰ ਸਮਰਥਨ ਦੀ ਪੇਸ਼ਕਸ਼ ਕਰਨ ਲਈ ਤਾਲਮੇਲ ਵਾਲੇ ਯਤਨਾਂ ਰਾਹੀਂ ਰੋਕਥਾਮ ਅਤੇ ਲਚਕੀਲੇਪਣ ਨੂੰ ਵਧਾਉਣ ਲਈ ਵਚਨਬੱਧਤਾ ਜਤਾਈ ਅਮਰੀਕਾ ਅਤੇ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਨੇ ਆਰਥਿਕ ਵਿਕਾਸ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਇੰਜੋ ਪੈਸੀਫਿਕ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧਤਾ ਪ੍ਰਗਟਾਈ ਪੈਂਟਾਗਨ ਨੇ ਅੱਗੇ ਕਿਹਾ ਕਿ ਚਾਰੇ ਨੁਮਾਇੰਦਿਆਂ ਨੇ ਸਾਰੇ ਰਾਜਾਂ ਦੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਅਨੁਸਾਰ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਵਰਤੋਂ ਕਰਨ ਦੇ ਯੋਗ ਹੋਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਜਿਵੇਂ ਕਿ ਸਮੁੰਦਰ ਦੇ ਕਾਨੂੰਨ ਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਵਿੱਚ ਦਰਸਾਇਆ ਗਿਆ ਹੈ ਦੇ ਸਵਿਚਰ ਨੈਵੀਗੇਸ਼ਨ ਅਤੇ ওভারਫਲਾਈਟ ਦੀ ਆਜ਼ਾਦੀ ਵਿੱਚ ਸ਼ਾਮਲ ਹੈ ਉਹਨਾਂ ਨੇ ਦੱਖਣੀ ਚੀਨ ਸਾਗਰ ਵਿੱਚ ਅਸਥਿਰ ਕਰਨ ਵਾਲੀਆਂ ਕਾਰਵਾਈਆਂ ਜਿਵੇਂ ਕਿ ਵਿਵਾਦਿਤ ਵਿਸ਼ੇਸ਼ਤਾਵਾਂ ਦਾ ਫੌਜੀਕਰਨ ਅਤੇ ਸਮੁੰਦਰ ਅਤੇ ਹਵਾ ਵਿੱਚ ਖਤਰਨਾਕ ਮੁੱਠਪੇੜਾਂ ਦੇ ਆਪਣੇ ਸਖਤ ਵਿਰੋਧ ਨੂੰ ਦੁਹਰਾਇਆ ਉਹਨਾਂ ਨੇ ਪੀਪਲਜ਼ ਰਿਪਬਲਿਕ ਆਫ ਚਾਈਨਾ ਪੀਆਰਸੀ ਦੀਆਂ ਹੋਰ ਕਾਰਵਾਈਆਂ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ ਮੰਤਰੀਆਂ ਨੇ ਖੇਤਰੀ ਸਮੁੰਦਰੀ ਸੁਰੱਖਿਆ ਦਾ ਸਮਰਥਨ ਕਰਨ ਲਈ ਪਾਈ ਵਾਲਾ ਨਾਲ ਕੰਮ ਕਰਨ ਦਾ ਸੰਕਲਪ ਲਿਆ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਇੱਕ ਮੋਹਰੀ ਲੋਕਤੰਤਰੀ ਵੱਜੋਂ ਤਾਈਵਾਨ ਦੀ ਭੂਮਿਕਾ ਨੂੰ ਦੁਹਰਾਇਆ। ਬਿਆਨ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਨੇ ਤਾਈਵਾਨ ਜਲਦ ਮਰੂ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਸਥਿਤੀ ਵਿੱਚ ਇੱਕ ਪਾਸੜ ਤਬਦੀਲੀਆਂ ਦਾ ਵਿਰੋਧ ਸਾਂਝਾ ਕੀਤਾ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ਾਲੈਂਸਕੀ ਨੂੰ ਟਾਈਮ ਪਰਸਨ ਆਫ ਦਿイヤー ਖਿਤਾਬ ਨਾਲ ਨਵਾਜ਼ਿਆ ਗਿਆ ਜ਼ਿਕਰ ਹੋ ਗਿਆ ਕਿ ਯੂਕਰੇਨ ਤੇ ਦੇਸ਼ ਤੋਂ ਬਾਹਰ ਜ਼ਾਲੈਂਸਕੀ ਨੂੰ ਲੋਕ ਨਾਇਕ ਮੰਨ ਰਹੇ ਨੇ ਉਹਨਾਂ ਰੂਸ ਦੇ ਹਮਲੇ ਦਾ ਕੀ ਵਿੱਚ ਰਹਿੰਦਿਆਂ ਡਟ ਕੇ ਸਾਹਮਣਾ ਕੀਤਾ ਦੁਨੀਆ ਦੇ ਉੱਗੇ ਰਸਾਲੇ ਟਾਈਮ ਨੇ ਕਿਹਾ ਕਿ 44 ਸਾਲਾਂ ਆਗੂ ਜ਼ਾਲੈਂਸਕੀ ਦੀ ਸਫਲਤਾ ਉਹਨਾਂ ਦੀ ਹਿੰਮਤ ਵਿੱਚੋਂ ਨਿਕਲੀ ਹੈ ਇਸ ਤੋਂ ਬਾਅਦ ਇਹ ਮੁਲਕ ਦੀ ਸਿਆਸੀ ਲੀਡਰਸ਼ਿਪ ਵਿੱਚ ਵੀ ਫੈਲ ਗਈ ਟਾਈਮ ਨੇ ਹਵਾਲਾ ਦਿੱਤਾ ਕਿ ਅਜਿਹੇ ਸੰਕਟਾ ਸਮੇਂ ਕਈ ਵੱਡੇ ਆਗੂ ਦੇਸ਼ ਛੱਡ ਕੇ ਪੱਜ ਜਾਂਦੇ ਨੇ ਪਰ ਜੈਲਨਸਨ ਕਿ ਟਿਕੇ ਰਹੇ। ਭਾਰਤ ਜਿਸ ਨੇ ਸੰਘਰਸ਼ ਪ੍ਰਭਾਵਿਤ ਯੂਕਰੇਨ ਤੋਂ ਆਪਣੇ 22500 ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਕਰਵਾਈ ਆਪਣੇ ਵਿਦਿਆਰਥੀਆਂ ਦੀ ਸਿੱਖਿਆ ਤੇ ਸੰਕਟ ਦੇ ਪ੍ਰਭਾਵ ਨੂੰ ਘਟ ਕਰਨ ਲਈ ਕਈ ਟੰਗ ਤਰੀਕੇ ਲੱਭ ਰਿਹਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਰੁਚੀਦਾ ਕੰਬੋਜ ਨੇ ਯੂਕਰੇਨ ਨਾਗਰਿਕਾਂ ਦੀ ਸੁਰੱਖਿਆ ਅਤੇ ਬੱਚਿਆਂ ਦੀ ਸਥਿਤੀ ਵਿਸ਼ੇ ਤੇ ਬੈਠਕ ਵਿੱਚ ਕਿਹਾ ਕਿ ਯੂਕਰੇਨ ਸੰਕਟ ਦਾ ਦੁਨੀਆ ਭਰ ਦੇ 75 ਲੱਖ ਬੱਚਿਆਂ ਤੇ ਗੰਭੀਰ ਪ੍ਰਭਾਵ ਪਿਆ ਹੈ ਕੰਬੋਜ ਦਸੰਬਰ ਦੇ ਮਹੀਨੇ ਸੁਰੱਖਿਆ ਪਰਿਸ਼ਦ ਦੇ ਪ੍ਰਮੁੱਖ ਹੈ ਉਹਨਾਂ ਨੇ ਕਿਹਾ ਕਿ ਕੋਮਾਂਤਰੀ ਭਾਈਚਾਰੇ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਯੂਕਰੇਨ ਦੇ ਹਾਲਾਤ ਨੇ ਭਾਰਤ ਸਮੇਤ ਵਿਦੇਸ਼ੀ ਵਿਦਿਆਰਥੀਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਕੋਵਿਡ-19 ਨੂੰ ਠੱਲਣ ਲਈ ਕੀਤੀਆਂ ਸਖਤ ਪੇਸ਼ਬੰਦੀਆਂ ਕਰਕੇ ਲੀਹੋਂ ਲੱਥੇ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਰਮਿਆਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਹਫਤੇ ਦੋ ਕਿਤਰੀ ਸਿਖਰ ਸੰਮੇਲਨਾਂ ਵਿੱਚ ਸ਼ਾਮਲ ਹੋਣ ਲਈ ਸਾਊਦੀ ਅਰਬ ਪਹੁੰਚ ਗਏ ਨੇ ਇਸ ਦੌਰਾਨ ਸਾਊਦੀ ਅਰਬ ਦੇ ਅਧਿਕਾਰੀਆਂ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸ਼ੀ ਚਿਨ ਅਰਬ ਮੁਲਕਾਂ ਦੀ ਸਿਖਰ ਵਾਰਤਾ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰੀ ਭਰਨ ਦੇ ਨਾਲ ਸਾウਦੀ ਰਾਜस्तानी ਰਿਆਦ ਵਿੱਚ ਖਾੜੀ ਸਹਿਯੋਗ ਕੌਂਸਲ ਵਿੱਚ ਸ਼ਾਮਲ 6 ਮੁਲਕਾਂ ਦੇ ਆਗੂਆਂ ਨਾਲ ਮੀਟਿੰਗ ਕਰਨਗੇ ਚੀਨੀ ਸਦਰ ਦਾ ਸਾウਦੀ ਅਰਬ ਦੌਰਾ ਸ਼ਰੇਸ਼ਰਵਾਰ ਨੂੰ ਖਤਮ ਹੋਵੇਗਾ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮਾਉ ਨਿੰਗ ਨੇ ਪੱਤਰਕਾਰਾਂ ਨੂੰ ਦੱਸਿਆ ਚੀਨ ਅਰਬ ਮੁਲਕਾਂ ਦੀ ਸਿਖਰ ਵਾਰਤਾ ਵਿੱਚ ਸ਼ਹੀ ਦੀ ਹਾਜ਼ਰੀ ਪੀਪਲਸ ਰਿਪਬਲਿਕ ਆਫ ਚਾਈਨਾ ਦੀ ਸਥਾਪਨਾ ਤੋਂ ਬਾਅਦ ਚੀਨ ਅਤੇ ਅਰਬ ਸੰਸਾਰ ਦਰਮਿਆਨ ਸਭ ਤੋਂ ਵੱਡੀ ਅਤੇ ਉੱਚ ਪੱਧਰੀ ਕੂਟਨੀਤਿਕ ਘਟਨਾ ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਚੀਨ ਅਰਬ ਸਬੰਧਾਂ ਦੇ ਇਤਿਹਾਸ ਵਿੱਚ ਇੱਕ ਯੁੱਗ ਦੇ ਨਿਰਮਾਣ ਦਾ ਮੀਲ ਪੱਥਰ ਬਣ ਜਾਵੇਗੀ ਮਾਓ ਨੇ ਕਿਹਾ ਕਿ ਚੀਨ ਉਮੀਦ ਕਰਦਾ ਹੈ ਕਿ ਸ਼ਿਕਰ ਵਾਰਤਾ ਦੋਵਾਂ ਤਿਰਾਂ ਦਰਮਿਆਨ ਰਿਸ਼ਤਿਆਂ ਦਾ ਭਵਿੱਖੀ ਏਜੰਡਾ ਤੈਅ ਕਰਨ ਦੇ ਨਾਲ ਪ੍ਰਮੁੱਖ ਖੇਤਰੀ ਤੇ ਕੁਮਾਂਤਰੀ ਮੁੱਦਿਆਂ ਬਾਰੇ ਸਾਂਝੀ ਰਣਨੀਤਿਕ ਸਮਝ ਵਿਕਸਤ ਕਰਨ ਵਿੱਚ ਮਦਦਗਾਰ ਹੋਵੇਗੀ ਤੇ ਬਾਹੂ ਸੰਪਤੀਵਾਦ ਦਾ ਪੱਖ ਪੂਰੇਗੀ ਸ਼ੀਖਾ ਸਾਊਦੀ ਅਰਬ ਦੋਰਾ 코로나 ਮਹਾਮਾਰੀ ਦੇ ਵਧੇਰੇ ਸਮਾਂ ਚੀਨ ਵਿੱਚ ਵੀ ਬਿਤਾਉਣ ਮਗਰੋਂ ਆਪਣੀ ਗਲੋਬਲ ਪ੍ਰੋਫਾਈਲ ਨੂੰ ਬਹਾਲ ਕਰਨ ਲਈ ਚੁੱਕੇ ਇੱਕ ਹੋਰ ਕਦਮ ਦੀ ਨਿਸ਼ਾਨਦੇਹੀ ਕਰਦਾ ਹੈ ਚੀਨ ਨੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ শ্রীলঙ্কা ਨੂੰ 54 ਲੱਖ ਅਮਰੀਕੀ ਡਾਲਰ ਦੀ ਕੀਮਤ ਦੀਆਂ ਦਵਾਈਆਂ ਅਤੇ ਹੋਰ ਸਮਾਨ ਦੀ ਖੇਪ ਭੇਜੀ ਹੈ ਚੀਨੀ سفਾਰਤਖਾਨੇ ਨੇ ਅੱਜ ਇਹ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਮੰਗਲਵਾਰ ਨੂੰ ਇੱਕ ਖੇਪ শ্রীলঙ্কা ਪਹੁੰਚ ਗਈ ਹੁਣ ਤੱਕ ਚੀਨ ਵੱਲੋਂ ਸ਼੍ਰੀਲੰਕਾ ਨੂੰ 5 ਅਰਬ ਰੁਪਏ ਮੁੱਲ ਦੀਆਂ ਦਵਾਈਆਂ ਅਤੇ ਹੋਰ ਸਮਾਨ ਭੇਜਿਆ ਜਾ ਚੁੱਕਿਆ ਹੈ ਉਹਨਾਂ ਕਿਹਾ 2 ਅਰਬ ਰੁਪਏ ਦੀਆਂ ਦਵਾਈਆਂ ਮੰਗਲਵਾਰ ਨੂੰ ਸ਼੍ਰੀਲੰਕਾ ਪਹੁੰਚ ਗਈਆਂ ਨੇ ਜੂਨ ਵਿੱਚ ਆਰਥਿਕ ਸੰਕਟ ਆਉਣ ਤੋਂ ਬਾਅਦ ਚੀਨ ਨੇ ਸ਼੍ਰੀਲੰਕਾ ਨੂੰ 5 ਅਰਬ ਰੁਪਏ ਦੀਆਂ ਦਵਾਈਆਂ ਦਾਨ ਕੀਤੀਆਂ ਨੇ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਵਿਦਿਆਰਥੀਆਂ ਲਈ 1000 ਮੀਟ੍ਰਿਕ ਟਨ ਚਾਵਲ ਵੀ ਭੇਜ ਚੁੱਕੇ ਨੇ ਜਰਮਨੀ ਵਿੱਚ ਅੱਜ ਪੁਲਿਸ ਨੇ ਉਹਨਾਂ ਸ਼ੱਕੀ ਸੱਜੇ ਪੱਖੀ ਕੱਟੜਪੰਥੀਆਂ ਖਿਲਾਫ ਵੱਡੇ ਪੱਧਰ ਤੇ ਛਾਪੇ ਮਾਰੇ ਜੋ ਕਥਿਤ ਤੌਰ ਤੇ ਤਾਕਤ ਨਾਲ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨਾ ਚਾਹੁੰਦੇ ਨੇ ਇਸ ਦੌਰਾਨ ਉਹਨਾਂ ਵੱਲੋਂ 25 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਨ੍ਹਾਂ ਵਿੱਚ ਜੱਥੇਬੰਦੀ ਦਾ مشکوک ਆਗੂ ਹਿੰਡ ਰਿਚ 13ਵੇਂ ਪ੍ਰਿੰਸ ਰਿਊਸ ਦੀ ਵੀ ਸ਼ਾਮਲ ਹੈ ਸੰਗੀ ਵਕੀਲਾਂ ਨੇ ਦੱਸਿਆ ਕਿ ਲਗਭਗ 3000 ਅਧਿਕਾਰੀਆਂ ਨੇ ਰਿਚ ਸਿਟੀਜ਼ਨਸ ਮੂਵਮੈਂਟ ਦੇ ਮੈਂਬਰਾਂ ਵਿਰੁੱਧ ਜਰਮਨੀ ਨੇ 16 ਚੋਂ 11 ਰਾਜਾਂ ਵਿੱਚ 130 ਥਾਵਾਂ ਤੇ ਛਾਪੇ ਮਾਰੇ ਜ਼ਿਕਰਯੋਗ ਹੈ ਕਿ ਗਰੁੱਪ ਦੇ ਕੁਝ ਮੈਂਬਰਾਂ ਨੇ ਯੁੱਧ ਤੋਂ ਬਾਅਦ ਦੇ ਜਰਮਨੀ ਦਾ ਸੰਵਿਧਾਨ ਸਵੀਕਾਰ ਕਰਨ ਤੋਂ ਇਨਕਾਰ ਕਰਕੇ ਸਰਕਾਰ ਨੂੰ ਸੱਤਾ ਤੋਂ ਲਾਂਬੇ ਕਰਨ ਦਾ ਸੱਦਾ ਦਿੱਤਾ ਨਿਆਂ ਮੰਤਰੀ ਮਾਰਕੋ ਬੁਸ਼ਮੈਨ ਨੇ ਇਸ ਕਾਰਵਾਈ ਨੂੰ ਅਤਵਾਦ ਵਿਰੋਧੀ ਮਹਿੰਮ ਦੱਸਿਆ ਸਰਕਾਰੀ ਵਕੀਲਾ ਨੇ ਕਿਹਾ ਕਿ 22 ਜਰਮਨ ਨਾਗਰਿਕਾਂ ਨੂੰ ਇੱਕ ਅਤਵਾਦੀ ਜਥੇਬੰਦੀ ਦੇ ਮੈਂਬਰ ਹੋਣ ਦੇ ਸ਼ੱਕ ਵਿੱਚ ਹਿਰਾਸਤ ਵਿੱਚ ਲਿਆ ਗਿਆ ਇਸ ਤੋਂ ਇਲਾਵਾ ਇੱਕ ਰੂਸੀ ਨਾਗਰਿਕ ਸਮੇਤ ਤਿੰਨ ਵਿਅਕਤੀਆਂ ਤੇ ਜਥੇਬੰਦੀ ਦੀ ਮਦਦ ਕਰਨ ਦਾ ਸ਼ੱਕ ਹੈ 27 ਹੋਰ ਵਿਅਕਤੀਆਂ ਤੋਂ ਪੁਛ ਪੜਤਾਲ ਕੀਤੀ ਜਾ ਰਹੀ ਹੈ ਹਫਤਾਵਰੀ ਡੇਅਰ ਸਪੀਗਲ ਦੀ ਰਿਪੋਰਟ ਅਨੁਸਾਰ ਦੱਖਣ ਪੱਛਮੀ ਸ਼ਹਿਰ ਕਾਲਵ ਵਿੱਚ ਜਰਮਨੀ ਦੀ ਵਿਸ਼ੇਸ਼ ਬਲਾਂ ਦੀ ਯੂਨਿਟ ਕੇਐਸਕੇ ਦੀਆਂ ਬੈਰਕਾਂ ਦੀ ਵੀ ਤਲਾਸ਼ੀ ਲਈ ਗਈ ਹਾਲਾਂਕਿ ਸੰਗੀ ਵਕੀਲਾ ਨੇ ਨਾ ਤਾਂ ਇਸ ਦੀ ਪੁਸ਼ਟੀ ਕੀਤੀ ਅਤੇ ਨਾ ਹੀ ਇਨਕਾਰ ਕੀਤਾ ਫੋਰਜ਼ ਦੀ ਵਿਸ਼ਵ ਦੀਆਂ ਸੋ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਬਾਇਓ ਕਾਨ ਦੀ ਕਾਰਜਕਾਰੀ ਚੇਅਰਪਰਸਨ ਕਿਰਨ ਮੰਜੂਮਦਾਰ ਸ਼ਾ ਅਤੇ ਨਾਇਕਾ ਦੀ ਸੰਸਥਾਪਕ ਫਾਗੂਨੀ ਨਾਇਰ ਸਮੇਤ 6 ਭਾਰਤੀ ਸ਼ਾਮਿਲ ਨੇ ਸੀ타 ਰਮਨ ਜੋ ਸੂਚੀ ਵਿੱਚ 36ਵੇਂ ਨੰਬਰ ਤੇ ਨੇ ਉਹਨਾਂ ਨੇ ਲਗਾਤਾਰ ਚੌਥੀ ਵਾਰ ਇਸ ਸੂਚੀ ਵਿੱਚ ਜਗ੍ਹਾ ਬਣਾਈ ਹੈ ਸਾਲ 2021 ਵਿੱਚ ਉਹ 37ਵੇਂ ਸਾਲ 2020 ਵਿੱਚ 41ਵੇਂ ਅਤੇ ਸਾਲ 2019 ਵਿੱਚ 34ਵੇਂ ਸਥਾਨ ਤੇ ਸਨ सूची ਵਿੱਚ ਸ਼ਾਮਲ ਹੋੜਨਾ ਪਾਰਟੀਆਂ ਵਿੱਚ HCL Tech ਦੀ ਚੇਅਰਪਰਸਨ ਰੋਸ਼ਨੀ ਨਾਦਰ ਮਲਹੋਤਰਾ 35ਵੇਂ ਸਥਾਨ ਤੇ ਸਿਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ SEBI ਦੀ ਚੇਅਰਪਰਸਨ ਮਾਧਵੀ ਪੁਰੀ 부ਚ 49ਵੇਂ ਸਟੀਲ ਅਥਾਰਟੀ ਆਫ ਇੰਡੀਆ ਦੀ ਚੇਅਰਪਰਸਨ 소ਮਾ ਮੰਡਲ 78ਵੇਂ ਸਥਾਨ ਤੇ ਨੇ ਫੌਬਸ ਵੱਲੋਂ ਮੰਗਲਵਾਰ ਨੂੰ ਇਹ ਸੂਚੀ ਜਾਰੀ ਕੀਤੀ ਗਈ ਦੇਸ ਮੁਤਾਬਕ ਮਲਹੋਤਰਾ ਮਜਮਦਾਰ ਸ਼ਾ ਅਤੇ ਨਾਇਰ ਪਿਛਲੇ ਸਾਲ ਕ੍ਰਮਵਾਰ 55ਵੇਂ 72ਵੇਂ ਅਤੇ 88ਵੇਂ ਸਥਾਨ ਤੇ ਸਨ ਇਸ ਸਾਲ ਮਜਮਦਾਰ ਸ਼ਾ 72ਵੇਂ ਸਥਾਨ ਤੇ ਨੇ ਜਦਕਿ ਨਾਇਰ 99ਵੇਂ ਸਥਾਨ ਤੇ ਤੇ ਹਨ ਸੂਚੀ ਵਿੱਚ 39 ਸੀਓਜ਼ 10 ਸੂਬਿਆਂ ਦੇ ਮੁਖੀ ਅਤੇ 11 ਅਰਪਤੀ ਸ਼ਾਮਲ ਵੈਬਸਾਈਟ ਅਨੁਸਾਰ ਸੂਚੀਚਾਰ ਮੁਖ ਬਾਪਦੰਤਾ ਦੇ ਆਧਾਰਿਤ ਹੈ ਪੈਸਾ ਮੀਡੀਆ ਪ੍ਰਭਾਵ ਅਤੇ ਪ੍ਰਭਾਵ ਦੇ ਖੇਤਰ ਰਾਜਨੀਤਿਕ ਨੇਤਾਵਾਂ ਲਈ ਕੁੱਲ ਕਰੇਲੂ ਉਤਪਾਦਾਂ ਅਤੇ ਆਬਾਦੀ ਨੂੰ ਦੇਖਿਆ ਗਿਆ ਕਾਰਪੋਰੇਟ ਨੇਤਾਵਾਂ ਲਈ ਮਾਲੀਆ ਅਤੇ ਕਰਮਚਾਰੀਆਂ ਦੀ ਗਿਣਤੀ ਤੇ ਮੀਡੀਆ ਰਿਪੋਰਟਰਾਂ ਅਤੇ ਸਬਨਾ ਤੱਕ ਉਹਨਾਂ ਦੀ ਪਹੁੰਚ ਨੂੰ ਦੇਖਿਆ ਗਿਆ ਇਹ ਨਤੀਜਾ ਉਹਨਾਂ ਔਰਤਾਂ ਤੇ ਆਧਾਰਿਤ ਹੈ ਜਿਨ੍ਹਾਂ ਦੀ ਮੌਜੂਦਾ ਸਮੇਂ ਦੀ ਕਾਰਗੁਜ਼ਾਰੀ ਬੇਤਰੀਨ ਰਹੀ ਹੈ ਥਾਈਲੈਂਡ ਦੇ ਦੱਖਣੀ ਹਿੱਸੇ ਵਿੱਚ ਮੰਗਲਵਾਰ ਨੂੰ ਬੰਬ ਧਮਾਕਾ ਹੋਇਆ ਜਿਸ ਵਿੱਚ ਤਿੰਨ ਰੇਲਵੇ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਚਾਰ ਕਰਮਚਾਰੀ ਜ਼ਖਮੀ ਦੱਸੇ ਜਾ ਰਹੇ ਨੇ ਜਾਣਕਾਰੀ ਅਨੁਸਾਰ ਇਹ ਧਮਾਕਾ ਉਹ ਦੋ ਵਪਰਿਆ ਜਦੋਂ ਕਰਮਚਾਰੀ ਹਫਤੇ ਦੇ ਅੰਤ ਵਿੱਚ ਹੋਏ ਇੱਕ ਹੋਰ ਧਮਾਕੇ ਵਾਲੀ ਥਾਂ ਤੋਂ ਮਲਬਾ ਸਾਫ਼ ਕਰ ਰਹੇ ਸਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਸਵੇਰੇ 6:30 ਦੇ 30 ਮਿੰਟ ਤੇ ਉਸ ਸਮੇਂ ਹੋਇਆ ਜਦੋਂ ਰੇਲਵੇ ਕਰਮਚਾਰੀ ਪਲੋਂਗ ਨਗਈ ਸਟੇਸ਼ਨ ਦੇ ਨੇੜੇ ਪਟੜੀਆਂ ਦੀ ਮੁਰੰਮਤ ਕਰ ਰਹੇ ਸਨ ਜੋ ਸ਼ਨੀਵਾਰ ਨੂੰ ਹੋਏ ਧਮਾਕੇ ਵਿੱਚ ਨੁਕਸਾਨੇ ਗਏ ਸਨ ਦੱਸ ਦਈਏ ਕਿ ਸ਼ਨੀਵਾਰ ਨੂੰ tMapਾਕੇ ਕਾਰਨ ਇੱਕ ਮਾਲ ਗੱਡੀ ਪਲਟ ਗਈ ਸੀ ਇਸ tMapਾਕੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਰੇਲਵੇ ਰੂਟ ਬੰਦ ਕਰਨਾ ਪਿਆ ਸੀ ਪੁਲਿਸ ਨੇ ਦੱਸਿਆ ਕਿ ਜਾਂਚ ਆਪਣੇ ਸ਼ੁਰੂਆਤੀ ਪੜਾਤੇ ਜਾਰੀ ਹੈ ਪਾਕਿਸਤਾਨ ਵਿੱਚ ਸਿੱਖਾਂ ਦੇ ਤਸ਼ੱਦਦ ਦੀ ਘਟਨਾ ਇੱਕ ਵਾਰ ਫਿਰ ਸਾਹਮਣੇ ਆਈ ਹੈ ਦਰਅਸਲ ਲਾਹੌਰ ਵਿੱਚ ਮੁਸਲਿਮ ਕੱਟੜਪੰਥੀਆਂ ਨੇ ਗੁਰਦੁਆਰਾ ਸ਼ਹੀਦ ਗੰਜ ਪਾਈ ਤਾਰੂ ਸਿੰਘ ਨੂੰ ਮਸਜਿਦ ਕਹਿ ਕੇ ਤਾਲਾ ਲਗਾ ਦਿੱਤਾ ਪਾਕਿਸਤਾਨ ਦੇ ਇਵੈਕਿਊ ਟਰਸਟ ਪ੍ਰੋਪਰਟੀ ਬੋਰਡ ETPB ਨੇ ਲਾਹੌਰ ਦੇ ਮੁਸਲਿਮ ਕਟੜਪੰਥੀਆਂ ਨਾਲ ਮਿਲ ਕੇ ਸਿੱਖ ਪਾਈਚਾਰੇ ਲਈ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਇਸ ਕਰਕੇ ਸਥਾਨਕ ਸਿੱਖ ਕਮਿਚ ਪਾਰੀ ਰੋਸ ਹੈ ਦਸ ਦਈਏ ਦੇ ਪਾਰਤੀ ਇਤਿਹਾਸ ਵਿੱਚ ਹਜ਼ਾਰਾਂ ਬਹਾਦਰ ਜੋਧਿਆਂ ਦੇ ਨਾਮ ਦਰਜ ਨੇ ਇਨ੍ਹਾਂ ਜੋਧਿਆਂ ਨੇ ਧਰਮ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵੀ ਕੁਰਬਾਨ ਕੀਤੀਆਂ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਨੇ ਇਸਲਾਮ ਅੱਗੇ ਝੁਕਣਾ ਸਵੀਕਾਰ ਨਹੀਂ ਕੀਤਾ ਅਜਿਹੇ ਬਹਾਦਰ ਜੋਧਿਆਂ ਵਿੱਚ ਇੱਕ ਪਾਈਤਾਰੂ ਸਿੰਘ ਵੀ ਸਨ ਪਾਕਿਸਤਾਨ ਦੇ ਲਾਹੌਰ ਵਿੱਚ ਉਹਨਾਂ ਦੇ ਨਾਂ ਤੇ ਗੁਰਦੁਆਰਾ ਸ਼ਹੀਦ ਗੰਜ ਪਾਈਤਾਰੂ ਸਿੰਘ ਬਣਾਇਆ ਗਿਆ ਜੋ ਕਿ ਉਹਨਾਂ ਦਾ ਸ਼ਹੀਦੀ ਸਥਾਨ ਹੈ ਪਾਕਿਸਤਾਨ ਸਰਕਾਰ ਅਤੇ ਉੱਥੋਂ ਦੇ ਕੱਟੜਪੰਥੀ ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਨੂੰ ਮਸਜਿਦ ਵਿੱਚ ਬਦਲਣ ਦੀ ਸਾਜ਼ਿਸ਼ ਰਚ ਰਏ ਸਨ ਜੁਲਾਈ 2020 ਵਿੱਚ ਇਸ ਮਾਮਲੇ ਵਿੱਚ ਦਖਲ ਦੇਂਦੇ ਹੋਏ ਪਾਰਸ ਸਰਕਾਰ ਨੇ ਵੀ ਸਾਜ਼ਿਸ਼ ਰਚਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਸੀ ਇਸਲਾਮ ਕਬੂਲ ਨਾ ਕਰਨ ਕਰਕੇ ਪਾਈਤਾਰੂ ਸਿੰਘ ਦਾ ਸਿਰ ਉਖਾੜ ਦਿੱਤਾ ਗਿਆ ਸੀ ਉਹਨਾਂ ਨੇ ਇਸਲਾਮੀ ਹਮਲਾਵਰਾਂ ਦੇ ਸਾਹਮਣੇ ਆਪਣੇ ਕੇਸ ਘਟਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਇਸ ਤੋਂ ਨਰਾਜ਼ ਹੋ ਕੇ ਪੰਜਾਬ ਦੇ ਮੁਗਲ ਸਰਦਾਰ ਜ਼ਖਰੀਆ ਖਾਨ ਨੇ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਪਾਈ ਤਾਰੂ ਸਿੰਘ ਨੇ ਦੇਸ਼ ਸਿੱਖ ਧਰਮ ਅਤੇ ਖਾਲਸਾ ਪੰਥ ਲਈ ਕੁਰਬਾਨੀ ਦਿੱਤੀ ਗੁਰਦੁਆਰਾ ਸ਼ਹੀਦ ਗੰਜ ਪਾਈ ਤਾਰੂ ਸਿੰਘ ਲਾਹੌਰ ਦੇ 9 ਲੱਖਾ ਬਾਜ਼ਾਰ ਵਿੱਚ ਹੈ ਇਸ ਦੇ ਨਾਲ ਹੀ ਪਾਕਿਸਤਾਨ ਦੇ ਲੋਕਾਂ ਦਾ ਮੰਨਣਾ ਹੈ ਕਿ ਇੱਥੋਂ ਦੀ ਮੌਜੂਦਾ ਮਸਜਿਦ ਤੇ ਸਿੱਖਾਂ ਨੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ ਕੈਨੇਡਾ ਬ੍ਰੈਂਬਟਨ ਦੀ ਸਿਟੀ ਕੌਂਸਲ ਤੋਂ ਜੇਕਰ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਬ੍ਰੈਂਬਟਨ ਦੇ ਮੇਅਰ ਪੈਟਰਿਕ ਬ੍ਰਾਊਨ ਤੇ ਕੌਂਸਲਰ ਮੈਂਬਰ ਅਗਲੇ ਮਹੀਨੇ ਭਾਰਤ ਦੀ ਯਾਤਰਾ ਤੇ ਜਾ ਸਕਦੇ ਨੇ ਜਿਸ ਵਿੱਚ ਉਹ ਦਿੱਲੀ, ਅਹਮਦਾਬਾਦ, ਚੰਡੀਗੜ੍ਹ ਅਤੇ ਜੈਪੁਰ ਜਿਹੇ ਸ਼ਹਿਰਾਂ ਦੀ ਯਾਤਰਾ ਕਰਨਗੇ ਮੇਅਰ ਪੈਟਰਿਕ ਬ੍ਰਾਊਨ ਅਤੇ ਕੌਂਸਲ ਦਾ ਕਹਿਣਾ ਹੈ ਕਿ ਇਸ ਨਾਲ ਉਹ ਬ੍ਰੈਂਬਟਨ 'ਚ ਬਿਜ਼ਨਸ ਲੈ ਕੇ ਆਉਣਗੇ ਇਸ ਤੋਂ ਬਾਅਦ ਉਹਨਾਂ ਦਾ ਆਇਰਲੈਂਡ ਅਤੇ ਪੁਰਤਗਾਲ ਜਾਣ ਦਾ ਵੀ ਵਿਚਾਰ ਹੈ ਇਸ ਯਾਤਰਾ ਲਈ ਘੱਟੋ-ਘੱਟ 6.80 ਲੱਖ ਡਾਲਰ ਸਿਟੀ ਫੰਡਿੰਗ ਚ ਖਰਚ ਕੀਤੇ ਜਾਣਗੇ ਸੁਪਰੀਮ ਕੋਰਟ ਨੇ ਕੇਂਦਰ ਅਤੇ ਪਾਰਟੀ ਰਿਜ਼ਰਵ ਬੈਂਕ RBI ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਸਰਕਾਰ ਦੇ 2016 ਵਿੱਚ 1000 ਅਤੇ 500 ਰੁਪਏ ਦੇ ਨੋਟ ਬੰਦ ਕਰਨ ਦੇ ਫੈਸਲੇ ਜ਼ਬੰਦੀ ਟੁਕਮਾ ਰਿਕਾਰਡ ਪੇਸ਼ ਕਰਨ ਕੇਂਦਰ ਦੇ 2016 ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਅਰਜ਼ੀਆਂ ਤੇ ਫੈਸਲਾ ਰੱਖਵਾ ਰਖਦੇ ਹਾਂ ਜਸਟਿਸ ਐਸ ਏ ਨਜ਼ੀਰ ਦੀ ਅਗਵਾਈ ਹੇਠਲੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਐਟਾਰਨੀ ਜਨਰਲ ਆਰ ਵੈਂਕਟ ਰਮਣੀ ਆਰ ਬੀ ਆਈ ਦੇ ਵਕੀਲ ਅਤੇ ਸੀਨੀਅਰ ਵਕੀਲਾਂ ਪੀਛ ਦੰਬਰਮ ਤੇ ਸ਼ਿਆਮ ਦਿਵਾਨ ਸਮੇਤ ਪਟੀਸ਼ਨਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣੀਆਂ ਸਿਖਰਲੀ ਅਦਾਲਤ ਨੇ 13 ਨੂੰ 10 ਦਸੰਬਰ ਤੱਕ ਲਿਖਤੀ ਹਲਫਨਾਮਾ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਸਨ ਅਟਾਰਨੀ ਜਨਰਲ ਨੇ ਬੈਂਚ ਨੂੰ ਪਰੋਸਾ ਦਿੱਤਾ ਕਿ ਉਹ ਸੀਲ ਬੰਦ ਲਿਫਾਫੇ ਵਿੱਚ ਸਬੰਧਤ ਰਿਕਾਰਡ ਜਮ੍ਹਾਂ ਕਰਵਾਉਣਗੇ ਕੇਂਦਰ ਵੱਲੋਂ 8 ਨਵੰਬਰ 2016 ਵਿੱਚ ਐਲਾਨੀ ਗਈ ਨੋਟਬੰਦੀ ਨੂੰ 58 ਪਟੀਸ਼ਨਾਂ ਰਾਹੀਂ ਚੁਣੌਤੀ ਦਿੱਤੀ ਗਈ ਹੈ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਆਰਥਿਕ ਨੀਤੀਗਤ ਮਾਮਲਿਆਂ ਵਿੱਚ ਨਿਆਇਕ ਸਮੀਖਿਆ ਦੇ ਸੀਮਿਤ ਅਧਿਕਾਰ ਦਾ ਮਤਲਬ ਇਹ ਨਹੀਂ ਕਿ ਅਦਾਲਤ ਹੱਥ ਤੇ ਹੱਥ ਧਰ ਕੇ ਬੈਠ ਜਾਵੇਗੀ ਬੈਂਚ ਨੇ ਕਿਹਾ ਸੀ ਕਿ ਸਰਕਾਰ ਕਿਸ ਢੰਗ ਨਾਲ ਫੈਸਲਾ ਲੈਂਦੀ ਹੈ ਇਸ ਦੀ ਹਮੇਸ਼ਾ ਸਮੀਖਿਆ ਕੀਤੀ ਜਾ ਸਕਦੀ ਹੈ 1000 ਅਤੇ 500 ਦੇ ਨੋਟਾਂ ਨੂੰ ਬੰਦ ਕਰਨ ਦੇ ਫੈਸਲੇ ਨੂੰ ਗੰਭੀਰ ਤੌਰ ਤੇ ਦੋਸ਼ਪੂਰਨ ਦੱਸਦਿਆਂ ਜਦੰਬਰਮ ਨੇ ਦਲੀਲ ਦਿੱਤੀ ਸੀ ਕਿ ਕੇਂਦਰ ਸਰਕਾਰ ਨੋਟਾਂ ਦੇ ਮਾਮਲੇ ਨਾਲ ਸੰਬੰਧਿਤ ਕਿਸੇ ਵੀ ਤਜਵੀਜ਼ ਨੂੰ ਆਪਣੇ ਦਮ ਤੇ ਸ਼ੁਰੂ ਨਹੀਂ ਕਰ ਸਕਦੀ ਅਤੇ ਇਹ ਸਿਰਫ ਆਰਬੀਆਈ ਦੇ ਕੇਂਦਰੀ ਬੋਰਡ ਦੀ ਸਿਫਾਰਿਸ਼ ਤੇ ਕੀਤਾ ਜਾ ਸਕਦਾ ਹੈ 2016 ਦੀ ਨੋਟਬੰਦੀ ਦੀ ਕਵਾਇਤ ਤੇ ਮੁੜ ਤੋਂ ਵਿਚਾਰ ਕਰਨ ਦੀ ਸੁਪਰੀਮ ਕੋਰਟ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਦਿਆਂ ਸਰਕਾਰ ਨੇ ਕਿਹਾ ਕਿ ਅਦਾਲਤ ਅਜਿਹੇ ਮਾਮਲਿਆਂ ਦਾ ਫੈਸਲਾ ਨਹੀਂ ਕਰ ਸਕਦੀ ਦੇਦੋ ਕੜੀ ਦੀ ਸੂਈ ਨੂੰ ਪਿੱਛੇ ਕਰਕੇ ਕੋਈ ਰਾਹਤ ਨਹੀਂ ਦਿੱਤੀ ਜਾ ਸਕਦੀ ਦਿੱਲੀ ਵਿੱਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦਾ ਜਲਵਾ ਦਿਸਿਆ ਭਾਜਪਾ ਨੂੰ ਪਛਾਣ ਆਮ ਆਦਮੀ ਪਾਰਟੀ ਦਿੱਲੀ ਨਗਰ ਨਿਗਮ ਉੱਪਰ ਆਪਣਾ ਕਬਜ਼ਾ ਕਰਵਾਉਣ ਵਿੱਚ ਜਮਾਉਣ ਵਿੱਚ ਕਾਮਯਾਬ ਰਹੀ ਚੋਣ ਕਮਿਸ਼ਨ ਮੁਤਾਬਕ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਹੁਣ ਤੱਕ 82 ਸੀਟਾਂ ਜਿੱਤ ਲਈਆਂ ਇਸ ਤੋਂ ਇਲਾਵਾ ਬਾਦਪਾ ਨੇ 12 ਸੀਟਾਂ ਜਿੱਤੀਆਂ ਰੋਜ਼ਾਨਾ ਮੁਤਾਬਕ ਆਮ ਆਦਮੀ ਪਾਰਟੀ ਨੂੰ 250 ਵਿੱਚੋਂ 130 ਸੀਟਾਂ ਮਿਲ ਗਈਆਂ ਜਦੋਂ ਕਿ ਪਿਛਲੇ 15 ਸਾਲਾਂ ਤੋਂ ਦਿੱਲੀ ਨਗਰ ਨਿਗਮ ਉੱਪਰ ਕਾਬਜ਼ ਭਾਜਪਾ 106 ਸੀਟਾਂ ਉੱਪਰ ਸਿਮਟਦੀ ਦਿਖਾਈ ਦਿੱਤੀ ਨਤੀਜਿਆਂ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਸਨ ਦਿੱਲੀ ਨਗਰ ਨਿਗਮ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਨੂੰ ਲੈ ਕੇ ਪਾਚਵਾ ਬਾਰੇ ਆਮ ਆਦਮੀ ਪਾਰਟੀ ਨੇ ਵੱਡਾ ਬਿਆਨ ਦਿੱਤਾ ਆਪ ਨੇ ਕਿਹਾ ਕਿ 15 ਸਾਲ ਪੁਰਾਣਾ ਕਿਲਾ ਤਾ ਦਿੱਤਾ ਗਿਆ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਰਕਾਰ ਵੱਲੋਂ ਐਲਾਨੇ ਗਏ ਵੀਰ ਬਾਲ ਦਿਵਸ ਦੀ ਥਾਂ ਇਸ ਦਿਹਾੜੇ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਉਣ ਦੀ ਮੰਗ ਕੀਤੀ ਹੈ। ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇਸ ਸਾਲ 28 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਭਾਵੇਂ ਪਹਿਲਾਂ ਵੀ ਕੇਂਦਰ ਸਰਕਾਰ ਨੂੰ ਇਸ ਦਿਵਸ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਉਣ ਦੀ ਅਪੀਲ ਕੀਤੀ ਜਾ ਚੁੱਕੀ ਹੈ। ਕਰ ਹੁਣ ਦਿਵਸ ਨੇੜੇ ਆਉਣ ਕਾਰਨ ਮੁੜ ਕੇਂਦਰ ਸਰਕਾਰ ਨੂੰ ਇਸ ਦਿਵਸ ਦਾ ਨਾਮ ਬਦਲਣ ਲਈ ਯਾਦ ਕਰਵਾਇਆ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਨ ਨੇ ਕਿਹਾ ਕਿparat ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਇਸ ਸਾਲ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਸਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਐਲਾਨਿਆ ਗਿਆ ਉਨਾ ਕਿਹਾ ਕਿ ਇਹ ਨਾਮ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਦੀ ਭਾਵਨਾ ਦੇ ਅਨੁਕੂਲ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਐਲਾਨ ਉਪरांत ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਵਿਦਵਾਨਾਂ ਦੀ ਕਮੇਟੀ ਬਣਾਈ ਗਈ ਸੀ ਜਿਸ ਨੇ ਵੀਰ ਬਾਲ ਦਿਵਸ ਦੀ ਥਾਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਨਾਮ ਸੁਝਾਇਆ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਨੇ ਮਤਾ ਵੀ ਪਾਸ ਕੀਤਾ ਜਿਸ ਤਹਿਤ ਪਹਿਲਾਂ ਵੀ ਸਰਕਾਰ ਨੂੰ ਅਪੀਲ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਸ ਸਬੰਧੀparat ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਸੋਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਭੇਜਿਆ ਗਿਆ। ਭਾਰਤ ਵਿੱਚ ਪਿਛਲੇ ਕੁਝ ਦਹਾਕਿਆਂ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਗਰਮੀ ਦੀ ਲਹਿਰ ਦਾ ਪ੍ਰਕੋਪ ਚਿੰਤਾਜਨਕ ਦਰ ਨਾਲ ਵਧ ਰਿਹਾ ਹੈ। ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤ ਜਲਦੀ ਹੀ ਅਜਿਹਿਆਂ ਪਿਆਨਕ ਗਰਮ ਹਵਾਵਾਂ ਦਾ ਸਾਹਮਣਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ ਜੋ ਇਨਸਾਨ ਦੀ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋਵੇਗੀ ਵਿਸ਼ਵ ਬੈਂਕ ਦੀ ਰਿਪੋਰਟ ਭਾਰਤ ਦੇ ਕੂਲਿੰਗ ਸੈਕਟਰ ਵਿੱਚ ਜਲਵਾਯੂ ਨਿਵੇਸ਼ ਦੇ ਮੌਕੇ ਵਿੱਚ ਕਿਹਾ ਗਿਆ ਕਿ ਦੇਸ਼ ਬਹੁਤ ਜ਼ਿਆਦਾ ਗਰਮੀ ਦਾ ਸਾਹਮਣਾ ਕਰ ਰਿਹਾ ਹੈ ਜੋ ਪਹਿਲਾਂ ਸ਼ੁਰੂ ਹੁੰਦੀ ਹੈ ਅਤੇ ਲੰਮੇ ਸਮੇਂ ਤੱਕ ਰਹਿੰਦੀ ਹੈ ਰਿਪੋਰਟ ਵਿੱਚ ਕਿਹਾ ਗਿਆ ਕਿ ਅਪ੍ਰੈਲ 2022 ਵਿੱਚ ਭਾਰਤ ਸਮੇਂ ਤੋਂ ਪਹਿਲਾਂ ਹੀ ਗਰਮ ਦੀ ਲਪੇਟ ਵਿੱਚ ਆ ਗਿਆ ਸੀ ਜਿਸ ਕਾਰਨ ਆਮ ਜਨ ਜੀਵਨ ਹੱਪ ਹੋ ਗਿਆ ਸੀ ਦਿੱਲੀ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਮਾਰਚ ਦੇ ਮਹੀਨੇ ਵਿੱਚ ਤਾਪਮਾਨ ਵਿੱਚ ਬੇਮਿਸਾਲ ਵਾਧਾ ਹੋਇਆ ਅਤੇ ਇਹ ਇਤਿਹਾਸ ਵਿੱਚ ਸਭ ਤੋਂ ਗਰਮ ਮਾਰਚ ਮਹੀਨੇ ਵਜੋਂ ਉਭਰਿਆ ਇਹ ਰਿਪੋਰਟ ਤ੍ਰਿਵਿੰਦ੍ਰਪੁਰਮ ਵਿੱਚ ਕੇਰਲ ਸਰਕਾਰ ਦੇ ਨਾਲ ਸਾਂਝੇਦਾਰੀ ਵਿੱਚ ਵਿਸ਼ਵ ਬੈਂਕ ਦੁਆਰਾ ਆਯੋਜਿਤ ਦੋ ਰੋਜ਼ਾ ਇੰਡੀਆ ਕਲਾਈਮੇਟ ਐਂਡ ਡਿਵੈਲਪਮੈਂਟ ਪਾਰਟਨਰਸ ਮੀਟਿੰਗ ਵਿੱਚ ਜਾਰੀ ਕੀਤੀ ਗਈ रिपोर्ट ਵਿੱਚ ਖਤਸ਼ਾ ਦੱਸਾਇਆ ਗਿਆ ਕਿ ਜਲਦ ਹੀ ਭਾਰਤ ਵਿੱਚ ਗਰਮੀ ਦੀ ਤਿੱਬਰਤਾ ਉਸ ਹੱਦ ਨੂੰ ਪਾਰ ਕਰ ਜਾਵੇਗੀ ਜਿਸ ਨੂੰ ਇਨਸਾਨ ਬਰਦਾਸ਼ਤ ਕਰਨ ਦੇ ਯੋਗ ਹੈ ਇਸ ਵਿੱਚ ਕਿਹਾ ਗਿਆ ਕਿ ਅਗਸਤ 2021 ਵਿੱਚ ਜਲਵਾਯੂ ਪਰਿਵਰਤਨ ਤੇ ਅੰਤਰ ਸਰਕਾਰੀ ਪੈਨਲ ਆਈਪੀਸੀਸੀ ਦੀ 6ਵੀਂ ਮੁਲਾਂਕਣ ਰਿਪੋਰਟ ਨੂੰ ਚੇਤਾਵਨੀ ਦਿੱਤੀ ਸੀ ਕਿ ਆਉਣ ਵਾਲੇ ਦਹਾਕੇ ਵਿੱਚ ਭਾਰਤੀ ਉਪਮਹਾਦੀਪ ਵਿੱਚ ਭਿਆਨਕ ਲੋ ਚੱਲਣ ਦੇ ਬਹੁਤ ਮਾਮਲੇ ਸਾਹਮਣੇ ਆਉਣਗੇ ਰਿਪੋਰਟ ਮੁਤਾਬਕ ਜੀ 20 ਕਲਾਈਮੇਟ ਰਿਸਕ ਐਟਲਸ ਨੇ 2021 ਵਿੱਚ ਵੀ ਚੇਤਾਵਨੀ ਦਿੱਤੀ ਸੀ ਕਿ ਜੇ ਕਾਰਬਨ ਨਿਕਾਸ ਉੱਚਾ ਰਹਿੰਦਾ ਹੈ ਤਾਂ 2036 ਅਤੇ 2065 ਦੇ ਵਿਚਕਾਰ ਭਾਰਤ ਵਿੱਚ ਹੀਟ ਵੇਵ 25 ਗੁਣਾ ਵੱਧ ਜਾਵੇਗੀ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਭਾਰਤ ਵਿੱਚ ਵਧਦੀ ਗਰਮੀ ਆਰਥਿਕ ਉਤਪਾਦਕਤਾ ਵਿੱਚ ਕਮੀ ਦਾ ਕਾਰਨ ਬਣ ਸਕਦੀ ਹੈ ਇਸ ਵਿੱਚ ਕਿਹਾ ਗਿਆ ਕਿ ਭਾਰਤ ਦੇ 75% ਕਰਮਚਾਰੀ ਪਾਵ ਲਗਭਗ 38 ਕਰੋੜ ਲੋਕ ਉਹਨਾਂ ਖੇਤਰਾਂ ਵਿੱਚ ਕੰਮ ਕਰਦੇ ਨੇ ਜਿੱਥੇ ਉਹਨਾਂ ਨੂੰ ਗਰਮ ਮੌਸਮ ਵਿੱਚ ਰਹਿਣ ਦੀ ਜ਼ਰੂਰਤ ਹੁੰਦੀ ਹੈ। ਕਈ ਵਾਰ ਉਹਨਾਂ ਨੂੰ ਸੰਭਾਵਿਤ ਤੌਰ ਤੇ ਜਾਨਲੇਵਾ ਤਾਪਮਾਨਾਂ ਵਿੱਚ ਕੰਮ ਕਰਨਾ ਪੈਂਦਾ। ਗਰਮੀ ਦੇ ਤਣਾਅ ਨਾਲ ਸਬੰਧਤ ਉਤਪਾਦਕਾਂ ਦੇ ਨੁਕਸਾਨ ਕਾਰਨ 2030 ਤੱਕ ਵਿਸ਼ਵ ਪੱਧਰ ਤੇ 8 ਕਰੋੜ ਨੌਕਰੀਆਂ ਦੇ ਖਤਮ ਹੋਣ ਦਾ ਅਨੁਮਾਨ ਹੈ। ਭਾਰਤ ਵਿੱਚ 34 ਮਿਲੀਅਨ ਨੌਕਰੀਆਂ ਖਤਮ ਹੋ ਜਾਣਗੀਆਂ। ਰੀਪੋਰਟ ਮੁਤਾਬਕ ਦੱਖਣੀ ਏਸ਼ੀਆਈ ਦੇਸ਼ਾਂ 'ਚ ਪਾਰੀ ਮਜ਼ਦੂਰੀ ਤੇ ਗਰਮੀ ਦਾ ਸਭ ਤੋਂ ਜ਼ਿਆਦਾ ਅਸਰ ਭਾਰਤ ਵਿੱਚ ਦੇਖਿਆ ਗਿਆ ਜਿੱਥੇ ਇੱਕ ਸਾਲ ਵਿੱਚ ਗਰਮੀ ਕਾਰਨ 101 ਅਰਬ ਘੰਟੇ ਬਰਬਾਦ ਹੁੰਦੇ ਨੇ ਗਲੋਬਲ ਮੈਨੇਜਮੈਂਟ ਕੰਸਲਟਿੰਗ ਫਰਮ ਮੈਕਨਸੇ ਐਂਡ ਕੰਪਨੀ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਵੱਧਦੀ ਗਰਮੀ ਅਤੇ ਨਮੀ ਕਾਰਨ ਮਜ਼ਦੂਰਾਂ ਦੇ ਨੁਕਸਾਨ ਨਾਲ ਦਹਾਕੇ ਦੇ ਅਖੀਰ ਤੱਕ ਭਾਰਤ ਨੂੰ ਇਸ ਦੇ ਕੁੱਲ ਘਰੇਲੂ ਉਤਪਾਦ ਜੀਡੀਪੀ ਦਾ 4.5% ਜਾਂ ਲਗਭਗ डेढ़ सौ तो ढाई सौ अरब अमरीकी डॉलर खतरे में होगा कंपनी ने कहा कि भारत की लंबे समय की खुराक सुरक्षा और जनतक सेहत सुरक्षा परोसे योग कोल्ड चेन पर निर्भर करेगी इस अज मुख मुखर होर अपडेट्स के लिए वेखते रहो पंजाब मेल यू एस ए सबसक्राइब करो पंजाब मेल यू एस ए टीवी।